İlk nazar, ilk nazar, ilk nazar. ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਉਹਨਾਂ ਸਾਰੇ ਪਹਿਲੂਆਂ ਦੇ ਉੱਪਰ ਬਾਰੀਕ ਨਜ਼ਰ ਰੱਖਦੇ ਹਾਂ ਜਿਨ੍ਹਾਂ ਪਹਿਲੂਆਂ ਨੂੰ ਤੁਸੀਂ ਬਾਰੀਕੀ ਦੇ ਨਾਲ ਜਾਣਨਾ ਚਾਹੁੰਦੇ ਹੋ। ਤੇ ਅੱਜ ਇਸੇ ਲੜੀ ਨੂੰ ਅਗਾਂ ਤੋਰਦੇ ਹੋਏ ਅੱਜ ਅਸੀਂ ਆਪਣੇ ਸ਼ੋਅ ਦੇ ਵਿੱਚ ਗੱਲ ਕਰਾਂਗੇ ਰਾਜਨੀਤੀ ਦੀ। ਤੇ ਸਾਡੇ ਇਸ ਸ਼ੋਅ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜੋ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ। ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਪਟਿਆਲਾ ਸ਼ਹਿਰ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਧਰਮਵੀਰ ਗਾਂਧੀ ਜੀ ਦਾ, ਜੋ ਕਿ ਇੱਕ ਜਾਣੇ ਮਾਨੇ ਹਾਰਟ ਦੇ ਸਪੈਸ਼ਲਿਸਟ ਨੇ, ਡਾਕਟਰ ਦੀ ਸੇਵਾ ਕਰ ਰਹੇ ਨੇ। ਸੋ ਡਾਕਟਰ ਸਾਹਿਬ, ਤੁਹਾਡਾ ਸਾਡੇ ਇਸ ਸ਼ੋਅ ਦੇ ਉੱਪਰ ਆਉਣ 'ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਈਏ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਭ ਦਾ ਜੀ। ਡਾਕਟਰ ਸਾਹਿਬ, ਬੜਾ ਹੀ ਬਿਜ਼ੀ ਸ਼ੈਡਿਊਲ ਹੋ ਜਾਂਦਾ ਜਦੋਂ ਇਨਸਾਨ ਕੋਈ ਕੰਮ ਕਰਦਾ, ਖਾਸ ਕਰਕੇ ਵੈਲਫੇਅਰ ਦੇ ਕੰਮ ਕਰਦਾ, ਲੋਕ ਭਲਾਈ ਦੇ ਕੰਮ ਕਰਦਾ, ਔਰ ਜਦਕਿ ਅਸੀਂ ਕਦੇ ਵੀ ਸੁਣਦੇ ਹਾਂ ਜਾਂ ਦੇਖਦੇ ਹਾਂ ਤਾਂ ਡਾਕਟਰ ਗਾਂਧੀ ਦਾ ਨਾਮ ਹਮੇਸ਼ਾ ਹੀ ਲੋਕ ਭਲਾਈ ਦੇ ਨਾਮ ਨਾਲ ਜੋੜਿਆ ਜਾਂਦਾ ਹੈ। ਸੋ ਡਾਕਟਰ ਸਾਹਿਬ, ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪ ਜੀ ਦੇ ਕਿੱਤੇ ਦੇ ਬਾਰੇ ਦੇ ਵਿੱਚ, ਡਾਕਟਰੀ ਲਾਈਨ ਦੇ ਬਾਰੇ ਵਿੱਚ। ਆਪ ਜੀ ਨੇ ਇਹ ਕਿੱਤਾ ਕਦੋਂ ਸ਼ੁਰੂ ਕੀਤਾ ਔਰ ਇਸੇ ਕਿੱਤੇ ਦੇ ਵਿੱਚ ਕਿੱਦਾਂ ਆਏ? ਦੇਖੋ, ਮੇਰਾ ਨਰੋਲ ਪੇਂਡੂ ਪਿਛੋਕੜ ਹੈ। ਮੇਰੇ ਪਿਤਾ ਜੀ ਪ੍ਰਾਇਮਰੀ ਸਕੂਲ ਟੀਚਰ ਸੀਗੇ ਅਤੇ ਸ਼ੁਰੂ ਤੋਂ ਹੀ ਮਤਲਬ ਇਸ ਮੇਰੇ ਪਿਤਾ ਜੀ ਦੀ ਇੱਛਾ ਸੀ ਕਿ ਮੈਂ ਡਾਕਟਰੀ ਕਿੱਤੇ ਰਾਹੀਂ ਲੋਕਾਂ ਦੀ ਸੇਵਾ ਕਰਾਂ, ਕਿਉਂਕਿ ਅਧਿਆਪਨ ਅਤੇ ਡਾਕਟਰੀ ਦੋ ਅਜਿਹੇ ਵਿਲੱਖਣ ਕਿੱਤੇ ਨੇ ਜਿਨ੍ਹਾਂ ਦਾ ਸਮਾਜ ਵਿੱਚ, ਸਮਾਜ ਨੂੰ ਚੰਗਾ ਬਣਾਉਣ, ਸਮਾਜ ਨੂੰ ਸੁਨੱਖਾ ਬਣਾਉਣ, ਸਮਾਜ ਨੂੰ ਜੀਉਣ ਯੋਗਾ ਬਣਾਉਣ ਵਿੱਚ ਬਹੁਤ ਹੀ ਇੱਕ ਅਹਿਮ ਯੋਗਦਾਨ ਰਹਿੰਦਾ ਹੈਗਾ। ਸੋ ਇਸ ਕਰਕੇ ਮੈਂ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਸੰਨ 76 ਵਿੱਚ MBBS ਦੀ ਡਿਗਰੀ ਪਾਸ ਕੀਤੀ ਹੈਗੀ ਅਤੇ ਉਸ ਤੋਂ ਬਾਅਦ ਇਹ ਮੇਰਾ ਸ਼ੁਰੂ ਤੋਂ ਮੰਨਣਾ ਹੈਗਾ ਹੈ ਕਿ ਹਰ ਕਿੱਤੇ ਦੀ ਆਪਣੀ ਵਿਸ਼ੇਸ਼ਤਾ ਹੈਗੀ ਹੈ, ਹਰ ਕਿੱਤੇ ਦੀ ਆਪਣੀ ਇੱਕ ਵਿਲੱਖਣਤਾ ਹੈਗੀ ਹੈ ਅਤੇ ਡਾਕਟਰੀ ਅਤੇ ਅਧਿਆਪਨ ਦੋ ਅਜਿਹੇ ਕਿੱਤੇ ਨੇ ਜਿਹਦੇ ਸਾਡੇ ਲੋਕਾਂ ਜਿਨ੍ਹਾਂ ਕੋਲੋਂ ਲੋਕਾਂ ਨੂੰ ਬਹੁਤ ਆਸਾਂ ਨੇ। ਮਿਸਾਲ ਦੇ ਤੌਰ 'ਤੇ ਜੋ ਸਾਡੇ ਦੋ ਕਿੱਤੇ ਨੇ, ਇਹਨਾਂ 'ਚ ਲੋਕ ਖਾਸ ਤਰ੍ਹਾਂ ਦਾ ਵਿਵਹਾਰ, ਖਾਸ ਤਰ੍ਹਾਂ ਦਾ ਕਿਰਦਾਰ, ਖਾਸ ਤਰ੍ਹਾਂ ਦੀ ਸ਼ਖਸੀਅਤ ਉਹ ਲੱਭਦੇ ਨੇ ਜੋ ਕਿ ਲੋਕਾਂ ਨੂੰ, ਲੋਕਾਂ ਦੀ ਮਦਦ ਕਰਨ ਵਾਲੀ ਹੋਵੇ, ਲੋਕਾਂ ਦੇ ਦੁੱਖ ਦੂਰ ਦੁੱਖ ਦੂਰ ਕਰਨ ਵਾਲੀ ਹੋਵੇ, ਲੋਕਾਂ ਦੇ ਦਰਦ ਸੁਣਨ ਵਾਲੀ ਹੋਵੇ। ਔਰ ਮੇਰਾ ਮੰਨਣਾ ਹੈਗਾ ਕਿ ਗਿਆਨ ਅਤੇ ਵਿਗਿਆਨ ਇਹ ਦੋਨੋਂ ਹੀ ਸੋਸ਼ਲ ਪ੍ਰੋਡਕਟ ਨੇ, ਸਮਾਜਿਕ ਪੈਦਾਵਾਰ ਹੈ। ਇਹ ਕਿਸੇ ਡਾਕਟਰ ਦੀ, ਕਿਸੇ ਵਿਗਿਆਨੀ ਦੀ ਨਿੱਜੀ ਜਾਇਦਾਦ ਨਹੀਂ ਹੈਗੀ ਹੈ। ਜਿੰਨਾ ਵੀ ਗਿਆਨ ਮੇਰੇ ਕੋਲ ਹੈਗਾ, ਜੋ ਵੀ ਵਿਗਿਆਨ ਮੇਰੇ ਕੋਲ ਹੈਗਾ ਹੈ, ਇਨਕਲੂਡਿੰਗ ਮੈਡੀਕਲ ਸਾਇੰਸ, ਇਹ ਸਾਰਾ ਸਾਨੂੰ ਪਿਛਲੀਆਂ ਜਨਰੇਸ਼ਨਸ ਨੇ, ਪਿਛਲੀਆਂ ਸਾਡੀਆਂ ਪੀੜ੍ਹੀਆਂ ਨੇ, ਵਿਗਿਆਨੀਆਂ ਦੀ ਪੀੜ੍ਹੀਆਂ ਨੇ, ਲੋਕਾਂ ਦੀ ਪੀੜ੍ਹੀਆਂ ਨੇ ਪਾਸ ਔਨ ਕੀਤਾ ਹੈਗਾ। ਅਤੇ ਇਸ ਦੀ ਲੋਕਾਂ ਦੀ ਸੇਵਾ 'ਚ ਵਰਤੋਂ ਕਰਨੀ ਜਾਂ ਇਸ ਨੂੰ ਲੋਕਾਂ ਦੀ ਲੋੜ ਮੁਤਾਬਕ ਲੋਕਾਂ ਨੂੰ ਮੁਹੱਈਆ ਕਰਾਉਣੀ, ਇਹ ਹਰ ਵਿਗਿਆਨੀ ਦਾ, ਹਰ ਡਾਕਟਰ ਦਾ ਫਰਜ਼ ਬਣਦਾ ਹੈਗਾ ਹੈ। ਸੋ ਇਸ ਕਰਕੇ ਮੈਂ ਆਪਣੀ ਕਲੀਨਿਕ ਵਿੱਚ ਸ਼ੁਰੂ ਤੋਂ ਹੀ ਦੋ ਕੰਮ ਕੀਤੇ ਨੇ। ਇੱਕ ਤਾਂ ਜਿਹੜੀ ਮੇਰੀ ਕਿੱਤੇ ਦੀ ਸ਼ੁੱਚਤਾ ਅਤੇ ਸ਼ੁੱਧਤਾ ਹੈਗੀ ਹੈ ਉਹ ਬਰਕਰਾਰ ਰੱਖੀ ਹੈਗੀ ਹੈ। ਮਿਸਾਲ ਦੇ ਤੌਰ 'ਤੇ ਜਿਵੇਂ ਅੱਜ ਕੱਲ੍ਹ ਤੁਸੀਂ ਜਾਂ ਤੁਸੀਂ ਬਹੁਤ ਸੁਣਿਆ ਹੋਣਾ ਕਿ ਕਮਿਸ਼ਨ ਸਿਸਟਮ ਚੱਲਦਾ ਹੈਗਾ, ਦਵਾਈਆਂ ਤੋਂ ਕਮਿਸ਼ਨ, ਕੈਮਿਸਟਾਂ ਤੋਂ ਕਮਿਸ਼ਨ, ਲੈਬਾਂ ਤੋਂ ਕਮਿਸ਼ਨ, ਹੋਰ ਹਰ ਪਾਸਿਓਂ ਮਤਲਬ ਇਹ ਮੈਂ ਇਸ ਕਦੀ ਆਪਣੇ ਆਪ ਨੂੰ ਮੈਂ ਆਪਣੇ ਆਪ ਨੂੰ ਇਸ ਤੋਂ ਪਾਸੇ ਰੱਖਿਆ ਹੁਣ ਤੱਕ, ਜਿੰਨੇ ਚਿਰ ਮੈਂ 40-45 ਸਾਲ ਤੋਂ ਡਾਕਟਰੀ ਖੇਤਰ ਵਿੱਚ ਆਪਣੀ ਸੇਵਾਵਾਂ ਦੇ ਰਿਹਾ ਹਾਂ। ਅਤੇ ਦੂਜੇ ਮਤਲਬ ਜਿਹੜੀ ਫੀਸ ਸਟਰਕਚਰ ਹੈਗੀ ਹੈ, ਜਿਹੜਾ ਫੀਸ ਲੈਣ ਦਾ ਜੋ ਤਰੀਕਾ ਹੈਗਾ ਹੈ, ਉਹ ਮੈਂ ਕਦੇ ਇਹ ਨਹੀਂ ਕੀਤਾ ਕਿ ਬਾਹਰ ਕੋਈ ਰਿਸੈਪਸ਼ਨਿਸਟ ਬਿਠਾ ਕੇ ਪਹਿਲਾਂ 200-400 ਦੀ ਪਰਚੀ ਕੱਟੂਗੀ ਫਿਰ ਮਰੀਜ਼ ਨੂੰ ਅੰਦਰ ਵੜੂਗਾ। ਮੇਰਾ ਇਹ ਇੱਥੇ ਕਹਿਣਾ ਆਪਣੀ ਕਲੀਨਿਕ ਵਿੱਚ ਕਿ ਪਹਿਲਾਂ ਮੈਂ ਮਰੀਜ਼ ਦੇਖੂੰਗਾ, ਉਸਦੀ ਆਰਥਿਕ ਦਸ਼ਾ ਕੀ ਹੈਗੀ ਹੈ, ਉਹਨੇ ਕੱਪੜੇ ਕਿਹੋ ਜਿਹੇ ਪਾਏ ਹੋਏ ਹੈ, ਉਹਨੇ ਪੱਗ ਕਿਹੋ ਜਿਹੀ ਬੰਨ੍ਹੀ ਹੋਈ ਹੈ, ਉਹ ਚੱਪਲ ਕਿਹੜੀ ਪਾਈ ਹੋਈ ਹੈ, ਉਹ ਜੇਬ ਵਿੱਚੋਂ ਜੋ ਸਮਾਨ ਕੱਢਦਾ ਹੈਗਾ ਤਾਂ ਉਹ 10-10 ਦੇ ਨੋਟ ਗਿਣਦਾ ਜਾਂ 5-5 ਦੇ ਨੋਟ ਗਿਣਦਾ ਹੈਗਾ, ਉਹਦੀ ਮਤਲਬ ਸਟੇਟਸ ਕੀ ਹੈਗਾ, ਆਰਥਿਕ ਦਸ਼ਾ ਕਿਸ ਤਰ੍ਹਾਂ। ਮੈਂ ਉਸਦੇ ਆਧਾਰ 'ਤੇ ਆਪਣੀ ਫੀਸ ਤੈਅ ਕਰਦਾ। ਅਤੇ ਤਿੰਨ ਪਹਿਲਾਂ ਮੇਰੀਆਂ ਪਰਤਾਂ ਸੀਗੀਆਂ 20, 30 ਅਤੇ 50, ਅਤੇ ਉਹ 10 ਸਾਲ ਚਲਾਈ ਮੈਂ ਇਸ ਸਿਸਟਮ, ਅਤੇ ਹੁਣ ਮੇਰੀਆਂ ਪਰਤਾਂ ਹੈਗੀਆਂ 0, 50 ਅਤੇ 100। ਜਿਹੜੇ ਬੰਦੇ ਬਿਲਕੁਲ ਆਰਥਿਕ ਵੀ ਹੋਣੇ ਨੇ, ਮਤਲਬ ਪੈਸੇ ਪੱਖੋਂ ਬਹੁਤ ਜਾਂ ਤਰੱਕੀ ਪੱਖੋਂ ਜਾਂ ਵਿਕਾਸ ਪੱਖੋਂ ਸਭ ਤੋਂ ਹੇਠਲੀ ਪੌੜੀ 'ਤੇ ਨੇ, ਡੰਡੇ 'ਤੇ ਨੇ, ਵਿਕਾਸ ਦੇ ਹਾਸ਼ੀਏ 'ਤੇ ਨੇ, ਤਾਂ ਉਹਨਾਂ ਵਾਸਤੇ ਮੈਂ ਬਿਲਕੁਲ ਫੀਸ ਨਹੀਂ ਲੈਂਦਾ ਜੀ। ਜਿਹੜੇ ਥੋੜ੍ਹੀ ਛੋਟੀ ਜ਼ਮੀਨ ਵਾਲੇ ਨੇ, ਛੋਟੀਆਂ ਜੋਤਾਂ ਵਾਲੇ ਨੇ, ਜਾਂ ਛੋਟੀਆਂ ਦੁਕਾਨਾਂ ਦੇ ਕੰਮ ਕਰਨ ਵਾਲੇ
ਨੌਕਰ ਨੇ ਜਾਂ ਘਰਾਂ 'ਚ ਕੰਮ ਕਰ ਨੌਕਰਾਣੀਆਂ ਹੈਗੀਆਂ ਜਾਂ ਭੱਠਾ ਮਜ਼ਦੂਰ ਨੇ ਜਾਂ ਖੇਤ ਮਜ਼ਦੂਰ ਨੇ ਉਹਨਾਂ ਕੋਲੋਂ ਜਿਹੜੀ ਹੈ ਜਿਹੜੀ ਮਤਲਬ ਇਹ ਦੇਖ ਕੇ ਉਹਨਾਂ ਆਮਦਨ ਦੇਖ ਕੇ ਉਹਨਾਂ ਦੀ ਫੀਸ ਲਈ ਜਾਂਦੀ ਹੈ ਅਤੇ ਜਿਹੜੇ ਅਧਿਆਪਕ ਨੇ ਯੂਨੀਵਰਸਿਟੀ ਟੀਚਰ ਨੇ ਕਾਲਜ ਟੀਚਰ ਨੇ ਜਾਂ ਹੋਰ ਹੋਰ ਮਤਲਬ ਜਿਹੜੇ ਬੈਂਕ ਮੁਲਾਜ਼ਮ ਨੇ ਉਹਨਾਂ ਕੋਲੋਂ 100 ਰੁਪਏ ਫੀਸ ਲਈ ਜਾਂਦੀ ਹੈਗੀ ਜੀ। ਅਤੇ ਇਸ ਤੋਂ ਇਲਾਵਾ ਜਿੰਨੇ ਟੈਸਟ ਨੇ ਚਾਹੇ ਉਹ ਸੀਟੀ ਸਕੈਨ ਹੈ, ਚਾਹੇ ਅਲਟਰਾਸਾਊਂਡ ਹੈ, ਚਾਹੇ ਉਹ MRI ਹੈ, ਚਾਹੇ ਉਹ ਹਾਰਟ ਦੇ ਟੈਸਟ ਨੇ, ਈਕੋਕਾਰਡੀਓਗ੍ਰਾਫੀ ਹੈ, ਹੋਲਟਰ ਹੈ, TMT ਹੈ, ਇਹ ਬਾਜ਼ਾਰ ਨਾਲੋਂ ਅੱਧੇ ਮੁੱਲ 'ਤੇ ਅਸੀਂ ਇਹ ਲੋਕਾਂ ਨੂੰ ਮੁਹੱਈਆ ਕਰਾਉਣੇ ਹੈਗੇ। ਬਿਲਕੁਲ ਜੀ। ਡਾਕਟਰ ਸਾਹਿਬ ਜੇਕਰ ਗੱਲ ਕਰੀਏ ਹੁਣ ਡਾਕਟਰੀ ਕਿੱਤੇ ਤੋਂ ਅਲੱਗ ਰਾਜਨੀਤੀ ਖੇਤਰ ਦੀ, ਬਹੁਤ ਵਧੀਆ ਸਿਸਟਮ ਚੱਲ ਰਿਹਾ, ਬਹੁਤ ਵਧੀਆ ਸਿਸਟਮ ਚੱਲ ਰਿਹਾ ਸੀ, ਹੁਣ ਵੀ ਚੱਲ ਰਿਹਾ। ਡਾਕਟਰ ਗਾਂਧੀ ਆਪਣੇ ਪੇਸ਼ੈਂਟਸ ਨੂੰ ਦੇਖਦੇ ਨੇ, ਪੇਸ਼ੈਂਟਸ ਖੁਸ਼ੀ ਖੁਸ਼ੀ ਆਉਂਦੇ ਨੇ, ਖੁਸ਼ੀ ਖੁਸ਼ੀ ਜਾਂਦੇ ਨੇ, ਔਰ ਪੂਰੇ ਇਲਾਕੇ ਦੇ ਵਿੱਚ, ਲਾਗੇ ਦੇ ਹੋਰ ਡਿਸਟ੍ਰਿਕਟ ਸੂਬਿਆਂ ਦੇ ਵਿੱਚ ਵੀ ਡਾਕਟਰ ਗਾਂਧੀ ਦਾ ਨਾਂ ਹੈ। ਫਿਰ ਅਚਾਨਕ ਐਸਾ ਕਿਹੜਾ ਪਰਿਵਰਤਨ ਆਇਆ ਕਿ ਡਾਕਟਰ ਗਾਂਧੀ ਉਹਨਾਂ ਦੇ ਵਿਚਾਰ ਜਿਹੜੇ ਨੇ ਉਹ ਰਾਜਨੀਤੀ ਦੇ ਖੇਤਰ ਵੱਲ ਜਾਣ ਲਈ ਪ੍ਰੇਰਿਤ ਹੋ ਗਏ? ਦੇਖੋ, ਤੁਹਾਡਾ ਬਹੁਤ ਵਾਜਬ ਸਵਾਲ ਹੈਗਾ। ਅਸਲ ਮੈਂ ਸਮਝਦਾ ਕਿ ਅੱਜ ਦੇ ਸੰਸਾਰ ਵਿੱਚ ਜਾਂ ਕਦੇ ਵੀ ਇਤਿਹਾਸ ਵਿੱਚ ਕਦੇ ਵੀ ਜੋ ਦਾ ਮਨੁੱਖੀ ਸਮਾਜ ਹੋਂਦ ਵਿੱਚ ਆਇਆ ਹੈ ਅਤੇ ਮਨੁੱਖ ਕਦੇ ਵੀ ਸਿਆਸਤ ਤੋਂ ਕੋਈ ਵੀ ਮਨੁੱਖ ਅਣਭਿੱਜ ਨਹੀਂ ਹੈਗਾ। ਕਿਸੇ ਨਾ ਕਿਸੇ ਰੂਪ, ਸਿੱਧੇ ਜਾਂ ਸਿੱਧੇ ਰੂਪ 'ਚ ਉਹ ਇੱਕ ਜਾਂ ਦੂਜੀ ਸਿਆਸਤ ਨੂੰ ਸਪੋਰਟ, ਜਿਹੜਾ ਬੰਦਾ ਇਹ ਵੀ ਕਹਿੰਦਾ ਕਿ ਮੈਂ ਸਿਆਸਤ ਤੋਂ ਕੀ ਲੈਣਾ ਹੈਗਾ, ਉਹ ਇਹ ਕਹਿ ਕੇ ਵੀ ਕਿਸੇ ਨਾ ਕਿਸੇ ਸਿਆਸਤ ਦਾ ਪੱਖ ਪੂਰਿਆ ਹੁੰਦਾ ਹੈਗਾ। ਸੋ ਇਸ ਕਰਕੇ ਮੈਂ ਤਾਂ ਮੇਰਾ ਪੇਂਡੂ ਪਿਛੋਕੜ ਹੋਣ ਕਰਕੇ, ਪਿੰਡ ਦਾ ਜੰਮਪਲ ਹੋਣ ਕਰਕੇ, ਇੱਕ ਸਧਾਰਨ ਘਰ 'ਚ ਪੈਦਾ ਹੋਣ ਕਰਕੇ, ਮੈਂ ਜਦੋਂ ਮੈਂ ਮੈਰੀ ਕਾਲਜ ਗਿਆ ਤਾਂ ਉਸ ਵੇਲੇ ਜੋ ਕੌਮਾਂਤਰੀ ਹਾਲਤਾਂ ਸੀਗੀਆਂ, ਜਿਵੇਂ ਜੋ ਜਿਹੜੀਆਂ ਨੈਸ਼ਨੈਲਿਟੀ ਦੀਆਂ ਜੋ ਜਿਹੜੀਆਂ ਕੌਮੀਅਤ ਦੀਆਂ ਜੰਗਾਂ ਸੀ ਦੁਨੀਆ 'ਚ, ਚਾਹੇ ਵੀਤਨਾਮ ਹੋਵੇ, ਚਾਹੇ ਕੰਬੋਡੀਆ ਹੋਵੇ, ਉੱਥੇ ਕਾਫੀ ਹਲਚਲ ਸੀਗੀ। ਲੈਟਿਨ ਅਮੈਰੀਕਾ 'ਚ ਬਹੁਤ ਹਲਚਲ ਸੀਗੀ। ਫਿਰ ਹਿੰਦੁਸਤਾਨ 'ਚ JP ਮੂਵਮੈਂਟ ਚੱਲ ਰਹੀ ਸੀਗੀ। ਫਿਰ ਪੰਜਾਬ 'ਚ ਵਿਦਿਆਰਥੀ ਅੰਦੋਲਨ ਚੱਲ ਰਿਹਾ ਸੀਗਾ ਅਤੇ ਫਿਰ ਆਲ ਇੰਡੀਆ ਰੇਲਵੇ ਸਟ੍ਰਾਈਕ ਚੱਲ ਰਹੀ ਸੀਗੀ, 74 'ਚ ਤਿਆਰੀ ਉਹਦੀ ਹੋ ਰਹੀ ਸੀਗੀ। ਸੋ ਮੈਡੀ ਕੋਲ ਪਹੁੰਚਣ ਸਾਰ ਹੀ ਮੈਂ ਜਿਹੜੀ ਲੋਕ ਪੱਖ ਦੀ ਸਿਆਸਤ ਹੈ ਉਹਦੇ ਮੈਂ ਪ੍ਰਭਾਵ ਵਿੱਚ ਆਇਆ ਅਤੇ ਮੈਂ ਇਸ ਵਿਦਿਆਰਥੀ ਯੂਨੀਅਨ ਦਾ ਆਪਣਾ ਪ੍ਰਧਾਨ ਬਣਿਆ ਮੈਂ ਅਤੇ ਉਹ ਮੈਂ ਸਰਗਰਮ ਸਿਆਸਤ ਹਿੱਸਾ ਲੈਣਾ ਸ਼ੁਰੂ ਕੀਤਾ, ਜਿਸ ਦੇ ਪਹਿਲੇ ਕਦਮ ਵਜੋਂ ਮੈਂ ਐਮਰਜੈਂਸੀ ਦਾ ਵਿਰੋਧ ਕਰਦੇ ਹੋਏ ਮੈਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਅਤੇ ਮੈਂ 2 ਮਹੀਨੇ ਜੇਲ੍ਹ 'ਚ ਰਹਿ ਕੇ ਬਾਅਦ 'ਚ ਆ ਕੇ ਆਪਣੇ ਇਗਜ਼ਾਮ ਦਿੱਤੇ ਅਤੇ ਆਪਣੇ ਡਾਕਟਰੀ ਦਾ ਕੋਰਸ ਪਾਸ ਕੀਤਾ ਹੈਗਾ। ਤਾਂ ਤੁਸੀਂ ਇਸ ਤੋਂ ਤੁਹਾਨੂੰ ਭਲੀ ਭਾਂਤ ਇਸ ਗੱਲ ਤੋਂ ਅੰਦਾਜ਼ਾ ਲੱਗ ਜਾਊਗਾ ਕਿ ਮੈਂ ਸਿਆਸਤ ਮੇਰੇ ਵਾਸਤੇ ਕੋਈ ਨਵਾਂ ਖੇਤਰ ਨਹੀਂ ਸੀ। ਉਸ ਤੋਂ ਬਾਅਦ ਲਗਾਤਾਰ ਸੰਨ 75-76 'ਚ ਐਮਰਜੈਂਸੀ ਲੱਗੀ ਸੀਗੀ, ਉਸ ਤੋਂ ਬਾਅਦ ਲਗਾਤਾਰ ਕਦੀ ਜਮਹੂਰੀ ਅਧਿਕਾਰ ਸਭਾ, ਕਦੀ ਕਿਸੇ ਹੋਰ ਸੰਗਠਨ, ਜਿੱਥੇ ਵੀ ਕਿਤੇ ਦਲਿਤਾਂ ਨਾਲ, ਘੱਟ ਗਿਣਤੀਆਂ ਨਾਲ, ਔਰਤਾਂ ਨਾਲ ਜਾਂ ਆਦਿਵਾਸੀਆਂ ਨਾਲ, ਹਿੰਦੁਸਤਾਨ ਦੇ ਕਿਸੇ ਕੋਨੇ 'ਚ ਜਾਂ ਦੁਨੀਆ ਦੇ ਕਿਸੇ ਕੋਨੇ 'ਚ ਜੋ ਮਤਲਬ ਮਜ਼ਦੂਰ ਜਮਾਤ ਸੀਗੀ, ਜੋ ਕਿਸਾਨ ਸੀਗੇ, ਗਰੀਬ ਜਾਂ ਦੂਸਰੇ ਬਲੈਕ ਦੀ ਸਟਰਗਲ ਸੀਗੀ, ਜਾਂ ਕਿਤੇ ਵੀ ਘੱਟ ਗਿਣਤੀਆਂ ਦੀ ਜਾਂ ਐਥਨੀਸਿਟੀ ਦੀ ਸਟਰਗਲ ਸੀਗੀ, ਮੈਂ ਹਮੇਸ਼ਾ ਉਹਦੀ ਸਪੋਰਟ ਕੀਤੀ ਹੈਗੀ ਹੈ ਔਰ ਉਹਦੇ ਵਾਸਤੇ ਮੈਂ ਆਪਣਾ ਯੋਗਦਾਨ ਪਾਇਆ ਹੈਗਾ। 2.5 ਸਾਲ ਮੈਂ ਲੁਧਿਆਣੇ ਪ੍ਰਵਾਸੀ ਮਜ਼ਦੂਰਾਂ 'ਚ, ਜਮਾਲਪੁਰ ਕਲੋਨੀ, ਢੰਡਾਰੀ ਕਲਾਂ, ਗੈਸਪਰਾ, ਇੱਥੇ ਮੈਂ ਆਪਣੀ ਮਜ਼ਦੂਰਾਂ ਦੀ ਸੇਵਾ 'ਚ ਲਾਏ ਹੈਗੇ, ਉੱਥੇ ਉਹਨਾਂ ਨੂੰ ਜਥੇਬੰਦ ਕਰਨ 'ਚ ਵੀ, ਉਹਨਾਂ ਡਾਕਟਰੀ ਸਾਹਿਬ ਦੇ ਦਿਨ ਵਿੱਚ ਵੀ, ਅਤੇ ਉਸ ਤੋਂ ਬਾਅਦ ਜਮਹੂਰੀ ਅਧਿਕਾਰ ਸਭਾ ਬਣਾ ਕੇ ਸਾਰੇ ਪੰਜਾਬ ਅੰਦਰ ਜਮਹੂਰੀ ਅਧਿਕਾਰ ਸਭਾ ਦਾ ਗਠਨ ਕੀਤਾ। ਮੈਂ ਉਹਦਾ ਪਹਿਲਾ ਜਨਰਲ ਸਕੱਤਰ ਬਣਿਆ। ਪ੍ਰੋਫੈਸਰ ਜਗਮੋਹਨ ਸਿੰਘ, ਸ਼ਹੀਦ ਭਗਤ ਸਿੰਘ ਉਹਨਾਂ ਦੇ ਭਣੇਵੇਂ, ਉਹਦੇ ਪਹਿਲੇ ਪ੍ਰਧਾਨ ਬਣੇ ਨੇ, ਔਰ ਜਦ ਤੱਕ ਮੈਂ ਜਥੇਬੰਦੀ ਛੱਡ ਕੇ ਲੁਧਿਆਣੇ ਮਜ਼ਦੂਰਾਂ 'ਚ ਕੰਮ ਕਰਨਾ ਨਹੀਂ ਸ਼ੁਰੂ ਕੀਤਾ, ਉਹ ਤੱਕ ਮੈਂ ਜਥੇਬੰਦੀ ਦਾ ਮੈਂ ਜਨਰਲ ਸਕੱਤਰ ਬਣਿਆ ਰਿਹਾ ਜੀ। ਸੋ ਮੈਂ ਕਦੇ ਨਹੀਂ ਭਿੱਜ ਨਹੀਂ ਸੀਗਾ। ਡਾਕਟਰੀ ਕਰਦਿਆਂ ਕਰਦਿਆਂ ਲਗਾਤਾਰ ਮੈਂ ਲੋਕ ਸੰਘਰਸ਼ਾਂ ਨਾਲ ਜੁੜਿਆ ਰਿਹਾ। ਜਦੋਂ ਦੇਖਿਆ ਕਿ 2011-12-13 ਹਿੰਦੁਸਤਾਨ ਦੀ ਸਿਆਸੀ ਫਿਜ਼ਾ ਵਿੱਚ ਇੱਕ ਪਰਿਵਰਤਨ ਆਇਆ ਹੈਗਾ, ਉਹ ਸੀਗਾ ਅੰਨਾ ਹਜ਼ਾਰੇ ਮੂਵਮੈਂਟ ਜੀ, ਅਤੇ ਉਹ ਸੀਗਾ ਨਿਰਭੈ ਮੂਵਮੈਂਟ, ਜਿਹੜੀ ਲੜਕੀ ਦਾ ਰੇਪ ਹੋਇਆ ਸੀਗਾ ਉਸ ਦੇ ਖਿਲਾਫ ਲੱਖਾਂ ਨੌਜਵਾਨ ਸੜਕਾਂ 'ਤੇ ਆਏ ਨੇ, ਅਤੇ ਉਹ ਇਕੱਲਾ ਹਿੰਦੁਸਤਾਨ 'ਚ ਨਹੀਂ ਸੀਗਾ, ਉਹ ਜੋ ਹਿੰਦੂ ਦੁਨੀਆ ਭਰ 'ਚ ਨਵਾਂ ਆਰਥਿਕ ਪ੍ਰਬੰਧ ਜਿਹਨੂੰ ਆਪਾਂ ਨਿਊ ਲਿਬਰਲ ਪੋਲਿਸੀਜ਼ ਕਹਿੰਦੇ ਹਾਂ, ਜਦੋਂ ਆਈਆਂ ਉਹਦੇ ਸਿੱਟੇ ਵਜੋਂ ਦੁਨੀਆ ਭਰ 'ਚ ਜਦੋਂ ਉਹਦੇ ਰਿਜ਼ਲਟ ਆਉਣੇ ਸ਼ੁਰੂ ਹੋਏ, 8 ਦਾ ਕ੍ਰਾਈਸਿਸ ਆਇਆ, 7-8 ਦਾ ਅਮੈਰੀਕਾ 'ਚ ਜਦੋਂ ਬੈਂਕ ਕ੍ਰੈਸ਼ ਕੀਤੇ ਹੈਗੇ ਆ, ਅਤੇ ਉਹਦਾ ਜਿਹੜਾ ਨਤੀਜੇ ਸੀਗੇ, ਜਿਹੜਾ ਹਿੰਦੁਸਤਾਨ 'ਚ ਵੀ 1992-93 ਵਿੱਚ ਨਵੀਂ ਆਰਥਿਕ ਨੀਤੀ ਆਈ ਹੈ, ਮਨਮੋਹਨ ਸਿੰਘ ਹੋਣੀ, ਮੋਂਟਿਕ ਸਿੰਘ ਆਹਲੂਵਾਲੀਆ ਅਤੇ ਪੀ ਚਿਦੰਬਰਮ ਉਹਦੇ ਵਹੀਕਲ ਬਣੇ ਨੇ, ਉਹਦੇ ਉਹਨਾਂ ਰਾਹੀਂ ਲਾਗੂ ਹੋਈ ਹੈਗੀ ਹੈ, ਉਹਦੇ ਨਤੀਜੇ ਹਿੰਦੁਸਤਾਨ 'ਚ ਵੀ ਆਉਣੇ ਸ਼ੁਰੂ ਹੋਏ। ਵੱਡੀ ਮੈਗਾ ਕਰਪਸ਼ਨ, ਕਿਸ ਵੇਲੇ 65 ਕਰੋੜ ਦਾ ਬੋਫਰ ਸਕੈਂਡਲ ਨੇ ਸਰਕਾਰ ਡੇਗਤੀ ਸੀਗੀ, ਹੁਣ ਲੱਖਾਂ ਕਰੋੜਾਂ ਦੀ ਗਿਣਤੀ 'ਚ, ਲੱਖਾਂ ਕਰੋੜਾਂ ਰੁਪਈਆਂ ਦੇ ਸਕੈਂਡਲ ਹੋਣ ਲੱਗੇ, ਤਾਂ ਹਿੰਦੁਸਤਾਨ ਦੀ ਮਿਡਲ ਕਲਾਸ ਕਾਫੀ ਪਰੇਸ਼ਾਨ ਹੋਈ, ਬੌਂਦਲ ਗਈ।
ਅਤੇ ਇਹ ਕਿਤੇ ਇਹ ਪ੍ਰੋਟੈਸਟ ਜਿਹੜਾ ਸੀਗਾ ਨਿਊ ਵਰਲਡ ਇਕਨੋਮਿਕ ਆਰਡਰ ਦੇ ਖਿਲਾਫ, ਜਿਹਨੂੰ ਆਪਾਂ ਨਵਾਂ ਆਰਥਿਕ ਨਵ ਉਦਾਰਵਾਦੀ ਨੀਤੀਆਂ ਕਹਿੰਦੀਆਂ ਹੈਗੀਆਂ, ਕਿਤੇ ਇਹ ਤਹਿਰੀਰ ਸਕੇਅਰ 'ਚ ਹੋਇਆ ਹੈਗਾ ਅਰਬ ਸਪਰਿੰਗ ਦੇ ਨਾਂ 'ਤੇ, ਕਿਤੇ ਆਕੂਪਾਈ ਵਾਲ ਸਟਰੀਟ ਦੇ ਨਾਂ 'ਤੇ ਹੋਇਆ ਅਮਰੀਕਾ 'ਚ, ਕਿਤੇ ਇਹ ਇੰਡੀਆ ਜੰਤਰ ਮੰਤਰ ਦੀ ਦੇ ਉਹ ਪ੍ਰੋਟੈਸਟ ਸੀਗਾ ਉਹ। ਸੋ ਉਸ ਪ੍ਰੋਟੈਸਟ ਵਿੱਚ ਉਸ ਪ੍ਰੋਟੈਸਟ ਨੇ ਮੈਨੂੰ ਝੰਜੋੜਿਆ ਕਿ ਜਦ ਸਾਰਾ ਹਿੰਦੁਸਤਾਨ ਇੱਕ ਨਵੀਂ ਕਰਵਟ ਲੈ ਰਿਹਾ ਹੈਗਾ, ਸਾਰੇ ਹਿੰਦੁਸਤਾਨ 'ਚ ਇੱਕ ਰਾਜਨੀਤੀ ਦਾ ਨਵਾਂ ਸੂਰਜ ਉੱਗ ਰਿਹਾ ਹੈਗਾ ਆ, ਸਾਰੇ ਹਿੰਦੁਸਤਾਨ 'ਚ ਅਨਪ੍ਰੈਸੀਡੈਂਟਡ ਸਕੇਲ 'ਤੇ ਮਤਲਬ ਅਣਕਿਆਸੇ ਪੈਮਾਨੇ ਉੱਤੇ ਇੱਕ ਸੋਸ਼ਲ ਪੋਲੀਟੀਕਲ ਐਕਟੀਵਿਜ਼ਮ ਪੈਦਾ ਹੋ ਰਿਹਾ ਹੈਗਾ ਕਿ ਹਰ ਬੰਦਾ ਜ਼ਿੰਦਗੀ ਦੀ ਗੱਲ ਕਰਨ ਲੱਗਾ, ਬੰਦਾ ਬਿਹਤਰੀ ਦੀ ਗੱਲ ਕਰਨ ਲੱਗਾ, ਬੰਦਾ ਜਵਾਬਦੇਹੀ ਦੀ ਗੱਲ ਕਰਨ ਲੱਗਾ। ਤਾਂ ਮੈਨੂੰ ਲੱਗਿਆ ਕਿ ਅਜਿਹੇ ਮੌਕੇ ਮੈਂ ਜਿਸ ਪ੍ਰਬੰਧ ਖਿਲਾਫ਼ ਸਾਰੀ ਉਮਰ ਬੋਲਦਾ ਰਿਹਾ, ਲਿਖਦਾ ਰਿਹਾ, ਪੜ੍ਹ ਕੁੜਦਾ ਰਿਹਾ, ਗੁੱਸੇ ਹੁੰਦਾ ਰਿਹਾ, ਖੋਜਲਦਾ ਰਿਹਾ ਕਿ ਮੇਰੇ ਬਦਲਿਆ ਜਾਵੇ, ਤਾਂ ਜੇ ਅੱਜ ਮੌਕਾ ਆਇਆ ਹੈ ਕਿ ਹਿੰਦੁਸਤਾਨ ਦੇ ਸਾਰੇ ਲੋਕ ਹਰਕਤ 'ਚ ਆ ਰਹੇ ਨੇ, ਪੰਜਾਬ ਹਰਕਤ 'ਚ ਹੈ, ਹਿੰਦੁਸਤਾਨ ਦੇ ਲੋਕ ਹਰਕਤ 'ਚ ਨੇ, ਇੱਕ ਨਵਾਂ ਹਿੰਦੁਸਤਾਨ ਨਵਾਂ ਪੰਜਾਬ ਦੇ ਜੋ ਸੀ ਇੱਕ ਬਣਾਉਣਾ ਹੈਗਾ ਸੀ, ਇੱਕ ਹਿੰਦੁਸਤਾਨ ਦੀ ਸਿਆਸਤ ਵਿੱਚ ਇੱਕ ਨਵੀਂ ਸਾਫ਼ ਸੁਥਰੀ ਅਤੇ ਇਮਾਨਦਾਰ ਸਿਆਸਤ ਦਾ ਜੋ ਸੂਰਜ ਉਹਦਾ ਹੋ ਰਿਹਾ, ਅਤੇ ਮੈਨੂੰ ਇਸ ਲਹਿਰ ਦਾ ਇਹਨੂੰ ਸਾਈਡ ਲਾਈਨਸ 'ਤੇ ਖੜ ਕੇ ਨਹੀਂ ਦੇਖਣਾ ਚਾਹੀਦਾ, ਇਹਨੂੰ ਇੱਕ ਪਾਸੇ ਖੜ ਕੇ ਨਹੀਂ ਦੇਖਣਾ ਚਾਹੀਦਾ, ਮੈਨੂੰ ਇਹਦਾ ਹਿੱਸਾ ਬਣਨਾ ਚਾਹੀਦਾ। ਮੈਂ ਆਪਣਾ ਕਲੀਨਿਕ ਬੰਦ ਕੀਤਾ ਅਤੇ 15 ਦਿਨ ਮੈਂ ਅੰਨਾ ਹਜ਼ਾਰੇ ਮੂਵਮੈਂਟ ਦਾ ਜਿਹੜਾ ਸੰਘਰਸ਼ ਹੈਗਾ ਪਟਿਆਲੇ ਵਿੱਚ ਲਾਇਆ, 200 ਦੇ ਕਰੀਬ ਮੀਟਿੰਗਾਂ ਕੀਤੀਆਂ, ਮਹਾਰਾਜਾ ਸਾਹਿਬ ਦਾ ਮਹਿਲ ਘੇਰਿਆ ਜੋ ਜਿਵੇਂ ਜਿਵੇਂ ਦਿੱਲੀ ਤੋਂ ਸਾਨੂੰ ਹੁਕਮ ਹੁੰਦਾ ਸੀਗਾ। ਅਤੇ ਮੈਂ ਇਸ ਉਮਰ 'ਚ ਆਪਣੀ ਅੱਖ ਦੀ ਪ੍ਰੋਬਲਮ ਦੇ ਬਾਵਜੂਦ, ਹੋਰ ਦਿੱਕਤਾਂ ਦੇ ਬਾਵਜੂਦ, ਮੈਂ ਸੋਚਿਆ ਕਿ ਜੇ ਇਹ ਦੇਸ਼ ਨੂੰ ਬਦਲਣ ਦਾ ਸਮਾਂ ਹੈ, ਰਾਜਨੀਤੀ ਬਦਲਣ ਦਾ ਸਮਾਂ ਹੈਗਾ, ਪੰਜਾਬ ਹਿੰਦੁਸਤਾਨ ਨੂੰ ਬਦਲਣ ਦਾ ਸਮਾਂ ਹੈਗਾ, ਅਤੇ ਇਹ ਇੱਕ ਇਸ ਪੋਲੀਟੀਕਲ ਐਕਟੀਵਿਜ਼ਮ ਨੂੰ ਸਹੀ ਪਾਸੇ ਤੁਰਨਾ ਚਾਹੀਦਾ ਹੈਗਾ। ਬਿਲਕੁਲ ਠੀਕ ਹੈ ਜੀ। ਡਾਕਟਰ ਗਾਂਧੀ ਜੀ, ਜੇਕਰ ਗੱਲ ਕਰੀਏ ਕੰਪੇਨ ਮੂਵਮੈਂਟ ਦੀ, ਇੱਕ ਸਮਾਂ ਆਇਆ ਆਪ ਜੀ ਨੂੰ ਟਿਕਟ ਮਿਲੀ ਮੈਂਬਰ ਪਾਰਲੀਮੈਂਟ ਦੀ, ਕੰਪੇਨ ਤੇਜ਼ ਹੋਇਆ, ਚਾਰੇ ਪਾਸਿਓਂ ਡਾਕਟਰ ਗਾਂਧੀ ਦੇ ਸਪੋਰਟਰਸ ਜਿਹੜੇ ਨੇ ਉਹਦੇ ਨਾਲ ਸੜਕਾਂ 'ਤੇ ਉਤਰੇ। ਇੱਕ ਸਮੇਂ ਆਇਆ ਵੀ ਜਿਸ ਵੇਲੇ ਆਪ ਜੀ 'ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ, ਮੀਡੀਆ ਦੇ ਵਿੱਚ ਅਖਬਾਰ ਦੀ ਸੁਰਖੀਆਂ ਬਣੀਆਂ ਵੀ ਡਾਕਟਰ ਗਾਂਧੀ ਸਿਰ 'ਤੇ ਪੱਟੀ ਬੰਨ ਕੇ ਸੜਕ ਦੇ ਉੱਪਰ ਬੈਠ ਕੇ ਧਰਨੇ ਦਿੰਦੇ ਹੋਏ ਵੀ ਨਜ਼ਰ ਆਏ। ਸੋ ਉਹ ਕੀ ਮੂਵਮੈਂਟ ਸੀਗਾ, ਉਹ ਕੌਣ ਲੋਕ ਸਨ ਜਿਨ੍ਹਾਂ ਨੇ ਆਪ ਜੀ 'ਤੇ ਹਮਲਾ ਕਰਵਾਇਆ? ਦੇਖੋ, ਉਸ ਉੱਤੋਂ ਸਪਸ਼ਟ ਹੈ ਕਿ ਅਕਾਲੀ ਦਲ ਦੇ ਕੌਂਸਲਰ ਸੀਗੇ ਇੱਥੇ, ਮਿਸਟਰ ਵਿਰਕ, ਉਹ ਖੁਦ ਮੇਰੇ 'ਤੇ ਹਮਲਾ ਕਰਨ ਸ਼ਾਮਿਲ ਸੀਗੇ। ਅਤੇ ਉਹਨਾਂ ਨੇ ਸ਼ਾਮ ਦੇ ਵੇਲੇ ਜਦੋਂ ਲੱਗਿਆ ਕਿ ਹੁਣ ਜਿਹੜਾ ਵੋਟਿੰਗ ਸਟਾਫ ਹੈਗਾ ਉਹ ਵੀ ਢਿੱਲਾ ਪੈ ਜਾਂਦਾ ਅਤੇ ਪਾਰਟੀਆਂ ਦੇ ਵਰਕਰ ਵੀ ਢਿੱਲੇ ਪੈ, 3 ਕੁ ਵਜੇ ਉਹਨਾਂ ਨੇ ਪੋਲਿੰਗ ਬੂਥਾਂ 'ਤੇ ਬਾਹਰੋਂ ਬੰਦੇ ਲਿਆ ਕੇ ਭੁਗਤਾਉਣੇ ਸ਼ੁਰੂ ਕਰ ਦਿੱਤੇ, ਜਿਹਨੂੰ ਕਹਿੰਦੇ ਕਿ ਬੂਥ 'ਤੇ ਮਤਲਬ ਬੋਗਸ ਵੋਟਿੰਗ ਕਰਾਉਣੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉੱਥੇ ਗਿਆ, ਮੈਨੂੰ ਮੈਸੇਜ ਇੱਕ ਬੂਥ ਤੋਂ ਮਿਲਿਆ, ਉੱਥੇ ਮੈਂ ਗਿਆ, ਦੂਜੇ 'ਤੇ ਮਿਲਿਆ, ਉੱਥੇ ਇਹੀ ਕੁਛ ਸੀਗਾ। ਮੈਂ ਤੀਜੇ ਬੂਥ 'ਤੇ ਗਿਆ ਤੋਂ ਪਹਿਲਾਂ ਤਿਆਰੀ ਕਰੀ ਬੈਠੇ ਸੀਗੇ, ਅਤੇ ਜਦੋਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ, ਮੇਰੇ ਨੱਕ ਦੀ ਹੱਡੀ ਟੁੱਟ ਗਈ, ਅੱਜ ਤੱਕ ਟੁੱਟੀ ਹੋਈ ਹੈ, ਮੈਂ ਜੁੜ ਗਈ ਆਪਣੇ ਆਪ, ਹਾਲਾਂਕਿ ਓਪਰੇਸ਼ਨ ਦੀ ਲੋੜ ਸੀ, ਮੈਂ ਕਰਵਾ ਨਹੀਂ ਸਕਿਆ ਉਸ ਮੌਕੇ 'ਤੇ। ਹੁਣ ਉਹ ਡਾਕਟਰ ਕਹਿੰਦੇ ਕਿ ਹੁਣ ਕਰਵਾਉਣ ਦਾ ਫਾਇਦਾ ਕੋਈ ਨਹੀਂ, ਹੁਣ ਦੁਬਾਰਾ ਇਹਨੂੰ ਨਹੀਂ ਤੋੜ ਕੇ ਜੋੜਨਾ ਚਾਹੀਦਾ, ਜਿਵੇਂ ਜੁੜ ਗਈ ਸੋ ਠੀਕ ਹੈਗਾ। ਸੋ ਇਹ ਸਾਫ਼ ਤੌਰ 'ਤੇ ਅਕਾਲੀ ਦਲ ਦੀ ਇਹ ਗੁੰਡਾਗਰਦੀ ਸੀਗੀ, ਇਹ ਉਹਨਾਂ ਨੂੰ ਜਿਹੜੀ ਹਾਰ ਸ਼ਾਇਦ ਦਿਖਣ ਲੱਗ ਪਈ ਸੀਗੀ ਕਿ ਜਿਹੜੀ ਸ਼ਹਿਰ 'ਚੋਂ ਜੋ ਪੋਲ ਜਿਸ ਤਰ੍ਹਾਂ ਪੋਲਿੰਗ ਹੋ ਰਹੀ ਸੀਗੀ, ਔਰ ਜਿਸ ਤਰ੍ਹਾਂ ਸਾਡੀ ਜਿਹੜੀ ਮਾਲਕ ਸਾਡੇ ਪੋਲਿੰਗ ਬੂਥ ਵੀ ਨਹੀਂ ਸੀ ਲੱਗੇ, ਜੋ ਸ਼ਹਿਰ 'ਚ ਹਵਾ ਸੀਗੀ ਜਿਹਨਾਂ ਸਾਡੇ ਜਿੱਥੇ ਸਾਡੇ ਬੂਥ ਲੱਗੇ ਸੀ, ਜਿੰਨੀ ਉੱਥੇ ਭੀੜ ਸੀਗੀ, ਉਹ ਤੋਂ ਉਹਨਾਂ ਨੂੰ ਲੱਗਿਆ ਕਿ ਇਹ ਜਿੰਨਾ ਕੁ ਵੀ ਆਪਾਂ ਬੋਗਸ ਵੋਟਾਂ ਭੁਗਤਾ ਸਕੀਏ ਔਰ ਅਕਾਲੀ ਦਲ ਦੀ ਜਿੱਤ ਦਾ ਸਬੱਬ ਬਣ ਸਕੀਏ, ਤਾਂ ਕੁਛ ਲੋਕਾਂ ਨੇ ਅਜਿਹੀ ਕੋਸ਼ਿਸ਼ ਕੀਤੀ। ਜਦੋਂ ਮੈਂ ਰੋਕਿਆ, ਖੁਦ ਰੋਕਿਆ ਜਾ ਕੇ ਮੈਂ, ਅਤੇ ਤਾਂ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਅਤੇ ਮੇਰਾ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਬਿਲਕੁਲ ਜੀ। ਸੋ ਵੇਲਾ ਹੋ ਚੱਲਿਆ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ ਇੱਕ ਨਜ਼ਰ